आओ स्वागत करिए कुकू मान होरां दा साडे स्टूडियो दे विच। और कनेडा दे विच वी तुसीं पहली वारी आए हो जी, तुहाडा बहुत बहुत तुहानूं जी आयां नूं जी। थैंक यू इंद्रवीर। बाकी मेरे वल्लों साडी सारी कौम दे हीरे टीम वल्लों कनेडा निवासियां नूं प्यार भरी सति श्री अकाल जी। सति श्री अकाल जी। अच्छा, एक बहुत वधिया काम ते वड्डा काम तुसीं कीता, तुहाडी टीम ने, तुहाडे नाल तुहाडे पार्टनर ने जी कमलजीत वीर जी, परमिंदर तखर होरी, ते चौथा साडा कौम दा हीरा राज काकड़ा जी। सो किवें शुरू होया, बड़ा वड्डा प्रोजैक्ट सी और बड़ा मुश्किलां भरिया पैंडा सी तुहाडा, किवें इह तुसीं मंजिल तक पहुँचे? ये भाई जी बेसिकली जिहड़ा सिरा है ना, ये जांदा तां राजबाई नूं ही है। ठीक है जी। क्योंकि असीं मतलब काफ़ी चिर तों जदों उहनां दे पहला गाणा आया, फिर उस तों बाद उहदी टेप आई, राजनीति सारे असीं गाणे जिहड़े सुणे जी, प्रभावित तो असीं उन्हां चीज़ां तों हैगा ही सी। बिल्कुल, सारे पंजाबी प्रभाव। हाँ जी हाँ। ते बाकी असीं कराउंदे उत्थे कल्चरल शो कराउंदे सी। अच्छा जी, न्यूजीलैंड। न्यूजीलैंड दे वचन जिवें गुरदास मान साहब दा हो गया, अपने दूजा हरभजन मान दा, होर काफ़ी कल्चरल शो कराउंदे सी उत्थे। उहदे विच मतलब सानूं वी उत्थों जिहड़े लोकल आ साडे मीडिया उत्थों उहनां तों ऑफर आई वी आपां बाई जी राज काकड़ा वी डिजर्व करदा बंदा, वी उहनूं सद्दीए न्यूजीलैंड दे विच। पहलां वी आए सी साडे कोल उह। हाँ जी। ते साडी भी चाहना सी कि वह बंदा वाकई डिजर्व करता, कि पंजाब बारे, पंजाब के हकों बारे वह बोलता या गल करता, भी उन्होंने लिया जाए। हर पंजाबी दे दिल च वखरा सत्कार आ। हाँ जी हाँ। तो वह राजबाई नूं फिर असीं उत्थे राजबाई का शो रखिया, शो होया, उस तो बाद दे विच फिर साडी मतलब बाई जी दे ताए दा लड़का जी उत्थे कमलजीत सिंह विच जिहड़ा प्रोड्यूसर भी हैगे आ नाल साडे, उह जी जी, ते उहनां दे प्रति साडी जदों इस विशे ते गल होई ते इह विशा साडे दिल नूं टुंबिया वी वाकिया वी ਇਹ ਜਿਹੜਾ ਵਿਸ਼ਾ ਹੈ ਫਿਲਮ, ਇਹ ਫਿਲਮ ਬਣਨੀ ਜ਼ਰੂਰੀ ਹੈ ਜੀ। ਅਤੇ ਉਸ ਤੋਂ ਫਿਰ ਚੱਲ ਪਏ ਜੀ ਫਿਲਮ ਬਣਾਉਣ। ਪ੍ਰੋਡਿਊਸਰ ਬੜਿਆ ਜੀ ਪੰਜਾਬੀ ਇੰਡਸਟਰੀ ਦੇ ਵਿੱਚ, ਅਤੇ ਇਸ ਇਹੋ ਜਿਹੇ ਵਿਸ਼ੇ ਨੂੰ ਛੇਤੀ ਕਿਤੇ ਹੱਥ ਨਹੀਂ ਕੋਈ ਪਾਉਂਦਾ, ਤੁਹਾਨੂੰ ਡਰ ਨਹੀਂ ਲੱਗਿਆ? ਡਰ ਤਾਂ ਪਹਿਲਾਂ ਸੀ ਹੁੰਦੇ ਬਾਈ, ਮਤਲਬ ਵੀ ਇਹ ਕੰਮ ਹੈਗਾ ਤਾਂ ਡਰ ਵਾਲੇ ਸੀ, ਪਰ ਹੁਣ ਕਿਸੇ ਨੇ ਤਾਂ ਮਤਲਬ ਕਰਨਾ ਸੀ, ਸਾਡਾ ਜੀ ਕੀਤਾ ਇਸ ਨੂੰ ਜੀ, ਅਤੇ ਅਸੀਂ ਡਰਦੇ ਵੀ ਸੀ। ਅਤੇ ਜਿਹੜਾ ਮਤਲਬ ਕੰਮ ਹੈ ਨਾ, ਇਹ ਸ਼ੁਰੂ ਡਰ ਤੋਂ ਹੋਇਆ। ਬਿਲਕੁਲ ਜੀ। ਅਤੇ ਜਿਹੜਾ ਡਰ ਤੋਂ ਸ਼ੁਰੂ ਹੋ ਕੇ ਅੱਜ ਸਾਨੂੰ ਪ੍ਰਾਊਡ ਮਹਿਸੂਸ ਹੁੰਦਾ ਆ। ਕਿਆ ਬਾਤ ਹੈ ਜੀ। ਵੀ ਡਰ ਉਸ ਵੇਲੇ ਸੀਗਾ ਵੀ ਯਾਰ, ਇੱਕ ਤਾਂ ਇੱਕ ਸਾਡਾ ਪਹਿਲਾ ਪ੍ਰੋਜੈਕਟ ਸੀ ਜੀ, ਕੋਈ ਫਿਲਮ ਇੰਡਸਟਰੀ ਦੇ ਵਿੱਚ ਜਿਹੜਾ ਬਾਲੀਵੁੱਡ ਦੇ ਵਿੱਚ ਛੋਟਾ ਮੋਟਾ ਕੰਮ ਨਹੀਂ ਸੀ, ਇੱਕ ਸਹੀ ਸਟੋਰੀ ਸੀ। ਹਾਂਜੀ। ਦੂਜਾ ਗੌਰਮੈਂਟ ਦਾ ਡਰ ਕਹਿ ਲਓ ਕੁਛ ਵੀ, ਅਤੇ ਜੀ ਜੀ, ਮਤਲਬ ਸਾਰੀਆਂ ਚੀਜ਼ਾਂ ਤੋਂ ਡਰਦੇ ਸੀ। ਪਰ ਅੱਜ ਜਦੋਂ ਸਾਨੂੰ ਅਸੀਂ ਮੈਲਬਰਨ ਗਏ ਅਤੇ ਉੱਥੇ ਜਾ ਕੇ ਮੈਲਬਰਨ ਜਾ ਕੇ ਅਸੀਂ ਅਨਾਊਂਸ ਕੀਤਾ, ਅਤੇ ਗੁਰਦੁਆਰਾ ਸਾਹਿਬ ਦੇ ਵਿੱਚ ਅਸੀਂ ਕਿਹਾ ਵੀ ਜਦੋਂ ਹੁਣ ਰਾਜਬਾਈ ਦੀ ਮਤਲਬ ਸਪੀਚ ਹੋਊਗੀ ਨਾ, ਤਾਂ ਇੱਥੇ ਤੁਸੀਂ ਪੋਸਟਰ ਲਾ ਦਿਓ ਪਿੱਛੇ ਜੀ। ਅਤੇ ਸਾਨੂੰ ਸਿੰਘ ਸਾਹਿਬ ਨੇ ਕਹਿੰਦੇ ਪੋਸਟਰ ਨਹੀਂ ਯਾਰ, ਆਪਾਂ ਟ੍ਰੇਲਰ ਚਲਾਉਣੇ ਆ ਇੱਥੇ। ਅੱਛਾ ਅੱਛਾ ਜੀ, ਲੋਕ ਮੁਹੱਬਤ। ਹਾਂਜੀ, ਦਰਬਾਰ ਸਾਹਿਬ ਦੇ ਵਿੱਚ ਟ੍ਰੇਲਰ ਚਲਾਇਆ ਜੀ ਉਹਨਾਂ ਨੇ ਜੀ ਜੀ ਜੀ। ਅਤੇ ਜਦੋਂ ਉੱਥੇ ਮਤਲਬ ਉਸ ਤੋਂ ਬਾਅਦ ਅਸੀਂ ਥੱਲੇ ਆਏ ਤਾਂ ਥੱਲੇ ਆ ਕੇ ਜਿਹੜਾ ਸੰਗਤ ਨੇ ਸਾਨੂੰ, ਜਿਹੜੇ ਸਾਡੇ ਬਜ਼ੁਰਗ ਸੀ, ਬਜ਼ੁਰਗਾਂ ਨੇ ਆ ਕੇ ਸਾਨੂੰ ਬੁੱਕਲ 'ਚ ਲਿਆ ਜੀ, ਬੁੱਕਲ 'ਚ ਲੈ ਕੇ ਸਾਨੂੰ ਕੁੱਕੂ ਮਾਨ ਨੂੰ, ਪਰਮਿੰਦਰ ਤੱਖਣ ਨੂੰ, ਸਿਡਨੀ ਮੈਲਬੌਰਨ ਦੇ ਵਿੱਚ ਕੌਣ ਜਾਣਦਾ ਸੀ? ਬਿਲਕੁਲ ਬਿਲਕੁਲ ਜੀ, ਬਿਲਕੁਲ। ਸਾਡੀ ਜਿਹੜੀ ਪਹਿਚਾਣ ਹੈ ਇਸ ਪ੍ਰੋਜੈਕਟ, ਬੇਸਿਕਲੀ ਤਾਂ ਇੱਜ਼ਤ ਹੈ ਜਿਹੜੀ ਇਹ ਪ੍ਰੋਜੈਕਟ ਨੂੰ ਮਿਲੀ ਹੋਈ ਹੈ। ਸਹੀ ਗੱਲ ਹੈ, ਬਿਲਕੁਲ ਬਿਲਕੁਲ। ਤੋ ਸਾਨੂੰ ਜਿਹੜੀ ਉੱਥੇ ਇੱਜ਼ਤ ਮਿਲੀ ਲੋਕਾਂ ਕੋਲੋਂ, ਸਾਨੂੰ ਜਿਹੜਾ ਬਜ਼ੁਰਗਾਂ ਨੇ ਕਿ ਸਾਡੇ ਸਿਰ 'ਤੇ ਹੱਥ ਰੱਖਿਆ ਵੀ ਕਾਕਾ ਵੀ ਇਹ ਤੁਸੀਂ ਬਹੁਤ ਵਧੀਆ ਕੰਮ ਕੀਤਾ ਹੈ, ਅਤੇ ਉਸ ਵੇਲੇ ਫਿਰ ਸਾਨੂੰ ਬੜਾ ਮਾਣ ਮਹਿਸੂਸ ਹੋਇਆ ਜੀ ਵੀ ਵੀ ਸਾਡੇ ਕੋਲੋਂ ਇੱਕ ਚੰਗਾ ਕੰਮ ਪਰਮਾਤਮਾ ਨੇ ਕਰਵਾਇਆ ਜੀ। ਉਸ ਚੀਜ਼ ਦਾ ਕੋਈ ਕਰਨ ਵਾਲਾ ਤਾਂ ਕੁਦਰਤ ਹੈ, ਕਰੇ ਕਰਾਵੇ ਆਪੇ, ਕਰਵੇ ਕਰਾਵੇ ਆਪੇ ਆਪੇ, ਸਾਡੇ ਹੱਥ ਵੱਸ ਨਹੀਂ ਸੀਗੀ, ਕੋਈ ਕੁਦਰਤ ਵੱਲੋਂ ਇੱਕ ਲੀਕਿਆ ਗਿਆ ਕੰਮ ਸੀ। ਬਿਲਕੁਲ। ਜਿਵੇਂ ਹੁਣ ਮਤਲਬ ਉੱਥੇ ਆਪਣੇ ਅਸੀਂ ਪ੍ਰੀਮੀਅਰ ਦੇ ਉੱਤੇ ਭਾਈ ਪਿੰਦਰਵਾਲ ਸਿੰਘ ਜੀ ਨੇ ਸਪੀਚ ਆਏ ਸੀ ਪ੍ਰੀਮੀਅਰ ਦੇਖਣ, ਉਹਨਾਂ ਨੇ ਕਿਹਾ ਉਹਨਾਂ ਦੇ ਵਿੱਚ ਜਿਹੜੀ ਇੱਕ ਕੁਦਰਤ ਹੈ ਨਾ, ਗੁਰੂ ਨਾਨਕ ਦੇ ਪਾਤਸ਼ਾਹ ਜੀ ਸੇਵਾ ਲਾਉਂਦੇ ਆ ਬੰਦੇ ਦੀ। ਬਿਲਕੁਲ ਬਿਲਕੁਲ। ਉਹਨਾਂ ਨੇ ਸਾਡੇ ਯੂਟਿਊਬ 'ਤੇ ਪਾ, ਉਹਨਾਂ ਨੇ ਕਿਹਾ ਵੀ ਇਹ ਸਤਵੰਤ ਸਿੰਘ ਅਤੇ ਬੇਅੰਤ ਸਿੰਘ ਦੇ ਗੁਰੂ ਸਾਹਿਬ ਵੱਲੋਂ ਸੇਵਾ ਲੱਗੀ ਸੀ ਜੀ, ਉਹਨਾਂ ਨੇ ਸੇਵਾ ਕੀਤੀ, ਇਹ ਜਿਹੜਾ ਸਾਡੇ ਕੋਲੋਂ ਜਿਹੜਾ ਸਾਡੇ ਹਿੱਸੇ ਆਇਆ। ਸੋ ਸਾਨੂੰ ਅੱਜ ਬੜਾ ਮਾਣ ਮਹਿਸੂਸ ਹੁੰਦਾ ਜੀ, ਇਹ ਜਿਹੜਾ ਪ੍ਰੋਜੈਕਟ ਸੀ ਸਾਡੇ ਹਿੱਸੇ ਆਇਆ, ਅਸੀਂ ਲੋਕਾਂ ਦੇ ਰੂਬਰੂ। ਇਕੱਲਾ ਤੁਹਾਨੂੰ ਮਾਣ ਨਹੀਂ, ਜਿਹੜਾ ਵੀ ਬੰਦਾ ਇਸ ਨੂੰ ਦੇਖਦਾ ਔਰ ਜਿਹੜਾ ਇਹ 'ਚ ਥੋੜ੍ਹਾ ਬਹੁਤ ਵੀ ਇਨਵੋਲਵ ਆ, ਹਰ ਬੰਦਾ ਮਾਣ ਕਰਦਾ, ਉਹਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਹੁੰਦਾ ਜਿਵੇਂ ਵੀ ਕੋਈ ਬੇਅੰਤ ਸਤਵੰਤ ਸਿੰਘ ਹੋਰਾਂ ਲਈ ਉਹ ਕੁਛ ਕਰ ਰਿਹਾ ਹੁੰਦਾ, ਜਿਨ੍ਹਾਂ ਨੇ ਸਾਡੇ ਲਈ ਏਡਾ ਵੱਡਾ ਕੰਮ ਕੀਤਾ। ਅੱਛਾ ਕੁੱਕੂ ਜੀ, ਮੈਂ ਤੁਹਾਡੇ ਨਾਲ ਗੱਲ ਕਰੂੰ, ਜਦੋਂ ਇਸ ਫਿਲਮ ਹਲੇ ਬੜੀ ਸ਼ੁਰੂਆਤ ਪੜਾਅ ਦੇ ਵਿੱਚ ਸੀ, ਜਦੋਂ ਹਲੇ ਰਿਲੀਜ਼ ਨਹੀਂ ਸੀ ਹੋਈ, ਹਾਂਜੀ, ਉਸ ਵੇਲੇ ਤੁਹਾਨੂੰ ਭਾਰਤੀ ਸੈਂਸਰ ਦੀ ਬੇਰੁਖੀ ਦਾ ਪਤਾ ਲੱਗ ਗਿਆ ਸੀਗਾ, ਕਿੰਨੀ ਕੁ ਉਮੀਦ ਸੀ ਤੁਹਾਨੂੰ? ਭਾਵੇਂ ਅਸੀਂ ਬੜਾ ਸਾਡੇ ਜਿਹੜੇ ਪੰਜਾਬੀ ਤੁਹਾਡੇ ਨਾਲ ਖੜ੍ਹ ਗਏ, ਇਸ ਕਰਕੇ ਜਿਹੜਾ ਭਾਰਤੀ ਸੈਂਸਰ ਨੇ ਤੁਹਾਡੇ ਨਾਲ ਰਵੱਈਆ ਅਖਤਿਆਰ ਕੀਤਾ ਬਹੁਤ ਮਾੜਾ ਸੀ, ਉਹਦੇ ਬਾਰੇ ਤੁਸੀਂ ਕੀ ਕਹੋਗੇ? ਰਵੱਈਆ ਸਾਨੂੰ ਬੇਸਿਕਲੀ, ਚਲੋ ਇਸ ਅਸੀਂ ਵੇਖੋ, ਸਟੋਰੀ ਬਣੀ ਸੱਚ 'ਤੇ ਆਧਾਰਿਤ ਜੀ, ਇਹਦੇ ਵਿੱਚ ਨਾ ਤਾਂ ਅਸੀਂ 1% ਕੋਈ ਘਟਾਈ ਹੈ ਜੀ ਗੱਲ, ਅਤੇ ਨਾ ਹੀ ਇਹਦੇ 'ਚ 1% ਹੈਗੀ ਵਧਾਈ, ਜੋ ਕੁਛ ਕੋਈ ਮਸਾਲਾ ਨਹੀਂ ਪਾਇਆ ਹੈਗਾ, ਜੋ ਕੁਛ ਹੋਇਆ
ਜੋ ਕੁਛ ਕੋਰਟ ਦੇ ਵਿੱਚ ਹੋਇਆ ਹੈ, ਜੋ ਜਿਵੇਂ ਹੋਇਆ ਉਸੇ ਤਰ੍ਹਾਂ ਹੀ ਦਿਖਾਇਆ ਗਿਆ, ਸਾਰਾ ਕੁਛ ਪੜ੍ਹ ਕੇ ਤਿੰਨਾਂ ਪਰਿਵਾਰਾਂ ਦੀ ਸਹਿਮਤੀ ਨਾਲ ਤਿੰਨਾਂ ਪਰਿਵਾਰਾਂ ਤੋਂ ਪੁੱਛ ਕੇ। ਅੱਛਾ ਜੀ। ਸਾਨੂੰ ਇਹ ਆਸ ਨਹੀਂ ਸੀ ਜੀ ਵੀ ਸੈਂਸਰ ਦਾ ਰਵੱਈਆ, ਕਿਉਂਕਿ ਅਸੀਂ ਕੋਈ ਜੋੜਿਆ ਤਾਂ ਹੈ ਨਹੀਂ ਵਿੱਚ ਕੁਛ, ਕੋਈ ਗਲਤ ਗੱਲ ਨਹੀਂ, ਕੋਈ ਫਿਰਕਾ ਪ੍ਰਸਤੀ ਨਹੀਂ, ਕੋਈ ਕਿਸੇ ਕੌਮ ਦੇ ਬਿਲਕੁਲ ਖਿਲਾਫ ਗੱਲ ਨਹੀਂ ਹੈਗੀ। ਬਿਲਕੁਲ, ਇਹ ਤੁਸੀਂ ਮੂਵੀ ਦੇਖੀ ਵੀ ਹੈ, ਦਰਸ਼ਕ ਦੇਖ ਲਿਆ ਜੀ, ਦਰਸ਼ਕ ਵੀ ਦੇਖ ਲੈਣ ਵੀ ਇਹਦੇ ਵਿੱਚ ਕਿਸੇ ਕੋਈ ਆਪਾਂ ਇਹ ਨਹੀਂ ਕਹਿੰਦੇ ਕੋਈ ਮਤਲਬ ਹਿੰਦੂਆਂ ਨੂੰ ਭੜਕਾਉਣ ਦੀ ਖਾਤਰ ਆ ਜਾਂ ਸਿੱਖਾਂ ਨੂੰ ਭੜਕਾਉਣ ਦੀ, ਇਹੋ ਜਿਹਾ ਕੁਛ ਹੈ ਹੀ ਨਹੀਂ ਪਾਰਟ ਮੂਵੀ ਦੇ ਵਿੱਚ। ਬਿਲਕੁਲ, ਸਾਰੇ ਬੰਦੇ ਜਾਣਦੇ ਆ, ਸਾਰੇ ਮਤਲਬ ਸਿੱਖ ਕਮਿਊਨਿਟੀ ਹਿੰਦੂ ਕਮਿਊਨਿਟੀ ਜਾਣਦੀ, ਜੋ ਕੁਛ ਹੋਇਆ ਸਿਰਫ ਉਹੀ ਉਹਦੇ 'ਚ ਦਿਖਾਇਆ ਗਿਆ, ਜੋ ਕੋਰਟ ਨੇ ਜਿਹੜੇ ਫੈਸਲੇ ਦਿੱਤੇ ਨੇ ਉਹੀ ਉਹ ਫਿਲਮ ਦੇ ਵਿੱਚ ਨੇ। ਜੀ ਜੀ। ਸਾਡਾ ਜਿਹੜਾ ਮੇਨ ਸੀ ਮਕਸਦ ਵੀ ਇਹ ਜਿਹੜੇ ਅੱਜ ਤੋਂ ਜਿਹੜੇ 30 ਸਾਲ ਹੋ ਗਿਆ ਇਹ ਕੰਮ ਨੂੰ, ਹਾਂਜੀ, ਵੀ ਜਿਹੜੇ 30 ਸਾਲ ਤੋਂ ਬਾਅਦ ਬੱਚੇ ਜੰਮੇ ਨੇ, ਸਾਡੀ ਹਿਸਟਰੀ ਹੈ ਇਹ, ਹਾਂਜੀ, ਵੀ ਉਹ ਬੱਚੇ ਦੇਖਣ। ਜੀ ਜੀ। ਵੀ ਜਿਵੇਂ ਆਪਾਂ ਗੱਲ ਕਰਦੇ ਹਾਂ ਵੀ ਅਸੀਂ ਜੋ ਸ਼ਹੀਦ ਭਗਤ ਸਿੰਘ ਸੀ, ਜਿੰਨੇ ਪੁਰਾਣੇ ਆਪਣੇ ਪਹਿਲਾਂ ਵਾਲੇ ਸ਼ਹੀਦ ਨੇ, ਹਾਂਜੀ ਹਾਂਜੀ, ਜਿਹੜੇ ਉਸ ਵੇਲੇ ਨਹੀਂ ਸੀਗੇ ਉਹ ਸਾਨੂੰ ਯਾਦ ਤਾਂ ਹੀ ਰਹਿਣਗੇ। ਹਾਂ, ਜੇ ਉਹਨਾਂ ਦਾ ਜੇ ਅਸੀਂ ਯਾਦ ਕਰਾਵਾਂਗੇ ਬਿਲਕੁਲ, ਸਾਨੂੰ ਜੇ ਸਾਨੂੰ ਕੋਈ ਹੁਣ ਸਕੂਲ ਦੇ ਵਿੱਚ ਪੜ੍ਹਾਉਂਦਾ ਨਾ, ਜਿਵੇਂ ਅੱਜ ਆਪਣੇ ਸਕੂਲ 'ਚੋਂ ਪੰਜਾਬੀ ਖਤਮ ਹੁੰਦੀ ਜਾਂਦੀ, ਹਾਂਜੀ ਹਾਂਜੀ ਬਿਲਕੁਲ ਬਿਲਕੁਲ, ਉਸ ਜੇ ਚੀਜ਼ ਨੂੰ ਆਪਾਂ ਖਤਮ ਆਪਾਂ ਇਹ ਲੋਕਾਂ ਨੂੰ ਯਾਦ ਹੀ ਨਾ ਕਰਾਇਆ, ਬੱਚਿਆਂ ਨੂੰ ਦਿਖਾਇਆ ਨਾ, ਬੱਚਿਆਂ ਨੂੰ ਸੁਣਾਇਆ ਨਾ, ਬੱਚਿਆਂ ਨੂੰ ਕਿਹਨੂੰ ਪਤਾ ਲੱਗਣਾ ਕੌਣ ਸਤਵੰਤ ਸਿੰਘ ਸੀ ਅਤੇ ਕੌਣ ਬਿਆਨ ਸਿੰਘ ਸੀ, ਜੇ ਸਾਨੂੰ ਕੋਈ ਨਾ ਸੁਣਾਉਂਦਾ ਸਾਨੂੰ ਅੱਜ ਕਿਹਨੂੰ ਪਤਾ ਹੋਣਾ ਸੀ ਭਗਤ ਸਿੰਘ ਕੌਣ ਸੀ। ਬਿਲਕੁਲ ਕੁੱਕੂ ਜੀ, ਜਿਹੜਾ ਤੁਸੀਂ ਇਹ ਕੰਮ ਕੀਤਾ ਵਾਕਈ ਬਹੁਤ ਸ਼ਲਾਘਾਯੋਗ ਆ, ਔਰ ਤੁਸੀਂ ਵਧਾਈ ਦੇ ਹੱਕਦਾਰ ਹੋ, ਔਰ ਸਾਡੇ ਕੈਨੇਡਾ ਭਰ ਕੀ ਸਾਰੇ ਭਾਰਤ ਤੋਂ ਬਾਹਰ ਜਿੰਨੇ ਵੀ ਲੋਕਾਂ ਨੇ ਇਸ ਫਿਲਮ ਨੂੰ ਦੇਖ ਰਹੇ ਨੇ, ਅੱਜ ਚੱਲ ਰਹੀ ਹੈ ਸਿਨੇਮਿਆਂ ਦੇ ਵਿੱਚ ਇਹ ਜੀ, ਹਾਂਜੀ, ਮੇਰੇ ਕੋਲ ਕੋਈ ਲਫ਼ਜ਼ ਨਹੀਂ ਮੈਂ ਤੁਹਾਨੂੰ ਕਿਵੇਂ ਕਹਾਂ, ਜਿਹੜਾ ਇਹ ਭਾਵੇਂ ਪਰਮਾਤਮਾ ਹੀ ਕਰਾਉਂਦਾ ਪਰ ਫਿਰ ਵੀ ਜ਼ਰੀਆ ਤਾਂ ਇਨਸਾਨ ਹੀ ਬਣਦਿਆ ਜੀ ਇਸ ਦੇ ਲਈ, ਔਰ ਇੱਕ ਵਾਰੀ ਫਿਰ ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ, ਬਹੁਤ ਜ਼ਿਆਦਾ ਮੈਨੂੰ ਮਾਣ ਹੈ ਇਸ ਗੱਲ ਦਾ, ਔਰ ਅਗਾਂਹ ਵਾਸਤੇ ਵੀ ਤੁਸੀਂ ਇਸ ਤਰ੍ਹਾਂ ਦੇ ਜਿਹੜੇ ਸਾਡਾ ਇਤਿਹਾਸਕ ਪੰਨੇ ਜਿਹੜੇ ਸਾਡੇ ਆਉਣ ਵਾਲੀ ਪੀੜ੍ਹੀ ਨੂੰ ਜ਼ਰੂਰੀ ਦੱਸਣੇ ਬਣਦੇ ਆ, ਤੁਸੀਂ ਮੇਰਾ ਖਿਆਲ ਇੰਨਾ ਕੁ ਤੁਹਾਨੂੰ ਹੁਣ ਲੋਕਾਂ ਵੱਲੋਂ ਪਿਆਰ ਮਿਲਿਆ, ਸ਼ਾਇਦ ਤੁਹਾਡਾ ਫਿਊਚਰ ਦੇ ਵਿੱਚ ਕੁਛ ਇਸ ਤਰ੍ਹਾਂ ਦਾ ਹੋਰ ਵੀ ਲੈ ਕੇ ਆਇਓ, ਇੱਕ ਵਾਰੀ ਫਿਰ ਸਾਡੇ ਵੱਲੋਂ ਤੁਹਾਨੂੰ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਵੈਰੀ ਮੱਚ ਜਿੰਦੇ ਬਾਈ। ਬਾਕੀ ਜਿਹੜੀ ਸਾਥ ਦੀ ਗੱਲ ਆ, ਆਪਾਂ ਮੈਂ ਸਾਥ ਦੀ ਗੱਲ ਵੀ ਕੰਪਲੀਟ ਕਰਦੇ ਹਾਂ ਜੀ ਜੀ, ਵੀ ਇਤਿਹਾਸਕ ਪੰਨੇ 'ਤੇ ਕਿਸੇ ਇਹੋ ਜਿਹੇ ਪ੍ਰੋਜੈਕਟ ਦੇ ਵਿੱਚ ਜੇ ਸਾਡੇ ਕੋਲ ਫੁੱਲੀ ਜੇ ਪੂਰੇ ਦਾ ਪੂਰਾ ਪ੍ਰੋਜੈਕਟ ਨਾ ਵੀ ਹੋਊਗਾ ਨਾ ਜੀ, ਅਤੇ ਅਸੀਂ ਕਿਸੇ ਕੋਲ ਵੀ ਹੋਵੇ ਜੇ ਪ੍ਰੋਜੈਕਟ, ਅਸੀਂ ਉਹਦਾ ਸਾਥ ਆਪਦੇ ਵੱਲੋਂ ਹਮੇਸ਼ਾ ਇਹੋ ਜਿਹੇ ਪ੍ਰੋਜੈਕਟ ਦੇ ਉੱਤੇ ਦੇਵਾਂਗੇ। ਥੈਂਕ ਯੂ ਜੀ, ਥੈਂਕ ਯੂ।